ਭਾਈ ਸਾਹਿਬ ਨੇ ਬਚਨ ਕਹੇ, ਸੱਚ ਸੰਪੂਰਨ ਨਿਰਮਲਾ ਤਿਸ ਵਿੱਚ ਕੂੜ ਨਾ ਰਲਦਾ ਰਾਈ, ਅੱਖੀ ਕੱਤ ਨਾ ਸੰਜਰੈ ਤਿਨ ਔਖਾ ਰਹਿਣ ਵਿਹਾਈ, ਭੋਜਨ ਅੰਦਰ ਮੱਖ ਜਿਉਂ ਹੋਏ ਦੁਕੱਦਾ ਬਾਹਰ ਕਢਾਈ, ਜਿਵੇਂ ਭੋਜਨ ਵਿੱਚ ਪਈ ਹੋਈ ਮੱਖੀ। ਪਹਿਲਾ ਭੋਜਨ ਵੀ ਜਿਹੜਾ ਆਪਾਂ ਖਾਧਾ ਹੁੰਦਾ, ਜਦੋਂ ਪਤਾ ਲੱਗ ਜਾਵੇ ਆਪਾਂ ਅਗਲਾ ਭੋਜਨ ਤਾਂ ਕੀ ਖਾਣਾ, ਕਈ ਵਾਰ ਮੱਖੀ ਨੂੰ ਵੇਖ ਕੇ ਪਹਿਲਾ ਖਾਧਾ ਵੀ ਜਿਹੜਾ ਉਹ ਬਾਹਰ ਨਿਕਲ ਜਾਂਦਾ। ਭਾਈ ਗੁਰਦਾਸ ਜੀ ਨੇ ਅਗਲੀ ਉਦਾਹਰਣ ਦਿੱਤੀ, ਕਹਿਣ ਲੱਗੇ, ਕਿਸਾਨ ਮਿਹਨਤ ਕਰੇ ਨਰਮਾ ਜਾਂ ਕਪਾਹ ਉਗਾ ਕੇ, ਲੱਖਾਂ ਮਣ ਰੂੰ ਦੇ ਢੇਰ ਇੱਕ ਜਗ੍ਹਾ ਤੇ ਇਕੱਤਰ ਕਰੇ, ਤੇ ਕੋਈ ਕਵੇ ਜੀ ਇਹ ਵੇਖੋ ਰੂੰ ਤਾਂ ਲੱਖਾਂ ਮਣ ਹੈ ਤੇ ਇਹਦੇ ਵਿੱਚ ਮੈਂ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਰੱਖ ਦਵਾਂ। ਭਾਈ ਗੁਰਦਾਸ ਜੀ ਕਹਿੰਦੇ, ਲੱਖਾਂ ਮਣ ਰੂੰ ਦੇ ਵਿੱਚ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਸਮਾਉਂਦੀ ਨਹੀਂ, ਉਹ ਉਸ ਰੂੰ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਰੂਈ ਅੰਦਰ ਚਿੰਨ ਗਵਾਂਗ ਦਾ ਪਸਮੰਤ ਕਰੈ ਸਹਿਸਾਈ, ਭਾਵ ਜਿਵੇਂ ਸਰੀਰ ਜਿਹੜਾ ਹੈ ਦੁੱਧ ਘਿਓ ਮੱਖਣਾਂ ਨਾਲ ਪਾਲਿਆ ਹੋਵੇ, ਬੰਦਾ ਕਈ ਤਰ੍ਹਾਂ ਦੀ ਐਕਸਰਸਾਈਜ਼ ਕਰਦਾ ਹੋਵੇ, ਪਰ ਇੱਕ ਰਾਈ ਮਾਤਰ ਜਿਹੜੀ ਜ਼ਹਿਰ ਹੈ ਉਹਨੂੰ ਹੱਥ ਦੀ ਹਥੇਲੀ 'ਤੇ ਰੱਖ ਕੇ ਕਵੇ ਮੈਂ ਚੱਖ ਲਵਾਂ, ਵੇਖੋ ਇੱਕ ਰਾਈ ਮਾਤਰ ਚੁਟਕੀ ਭਰ ਜ਼ਹਿਰ ਹਜ਼ਾਰਾਂ ਜਿਹੜਾ ਗੁਣਾ ਸਾਡਾ ਸਰੀਰ ਸਵਾਰਿਆ ਹੁੰਦਾ ਕਈ ਤਰ੍ਹਾਂ ਦੇ, ਅਸੀਂ ਭੋਜਨ ਖਾ ਕੇ ਖੁਰਾਕ ਲੈ ਕੇ ਇਹਨੂੰ ਪਾਲਿਆ ਹੁੰਦਾ, ਇਹਦੇ ਵਿੱਚ ਕਈ ਤਰ੍ਹਾਂ ਦੇ ਅਸੀਂ ਗੁਣ ਪੈਦਾ ਕੀਤੇ ਹੁੰਦੇ ਨੇ, ਪਰ ਇੱਕ ਨਿੱਕੀ ਜੀ ਜਿਹੜੀ ਜ਼ਹਿਰ ਦੀ ਚੁਟਕੀ ਹੈ ਉਹਨੂੰ ਖਾਣ ਦੇ ਨਾਲ ਇਹ ਪਾਲਿਆ ਹੋਇਆ ਸਰੀਰ ਜਿਹੜਾ ਇਹਦਾ ਵਿਨਾਸ਼ ਹੋ ਜਾਂਦਾ। ਭਾਈ ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ, ਮੋਹਰਾ ਚੱਕ ਕੇ ਮਾਰੀਐ ਮਾਰੇ ਪਾਤਸ਼ਾਹ ਸਹਿਸਾਈ, ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਕੰਗਾਲ ਹੋਵੇ, ਜ਼ਹਿਰ ਤਾਂ ਹਰ ਇੱਕ 'ਤੇ ਇੱਕੋ ਜਿਹਾ ਅਸਰ ਕਰਦੀ ਹੈ। ਗੱਲਾਂ ਉੱਪਰ ਤਪਾਵਸ ਨਾ ਹੋਵੀ, ਵਿਸ ਖਾਧੀ ਤਤਕਾਲ ਮਰ ਜਾਏ, ਜਿਵੇਂ ਕੋਈ ਜ਼ਹਿਰ ਖਾਵੇ ਤੇ ਤਤਕਾਲ ਉਹਦੇ ਸਰੀਰ ਦਾ ਵਿਨਾਸ਼ ਹੋ ਜਾਂਦਾ। ਇਹ ਸਾਰਾ ਕੁਝ ਹੈ ਤਾਂ ਰਾਈ ਮਾਤਰ ਥੋੜ੍ਹਾ ਥੋੜ੍ਹਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਸੱਚ ਅੰਦਰ ਕਿਉਂ ਕੂੜ ਸਮਾਈ, ਜਦੋਂ ਤੱਕ ਸਾਡੇ ਅੰਦਰ ਕੂੜ ਵਰਤਦਾ ਹੈ, ਦੁਬਦਾ ਹੈ, ਵਹਿਮ ਭਰਮ ਨੇ, ਮਨ ਮਤ ਹੈ, ਉਦੋਂ ਤੱਕ ਅਸੀਂ ਸੱਚ ਰੂਪੀ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋ ਸਕਦੇ।